ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਮਾਹੌਲ ਲਗਾਤਾਰ ਭਖਦਾ ਜਾ ਰਿਹਾ ਹੈ। ਹਰੇਕ ਪਾਰਟੀ ਆਪਣੇ ਪ੍ਰਚਾਰ 'ਚ ਲੱਗੀ ਹੋਈ ਹੈ, ਲੇਕਿਨ ਬੀਜੇਪੀ ਦਾ ਪ੍ਰਚਾਰ ਕਿਸ ਤਰੀਕੇ ਵੱਧ ਫੁੱਲ ਰਿਹਾ ਹੈ? ਪੰਜਾਬ ਸਟੇਟ ਮੀਡੀਆ ਹੈੱਡ ਵਿਨੀਤ ਜੋਸ਼ੀ ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ। ਜੋਸ਼ੀ ਜੀ, ਹਾਲਾਤ ਕੀ ਨੇ? ਸਭ ਤੋਂ ਪਹਿਲਾਂ ਸਮੀਕਰਨਾਂ ਜਾਣਾਂਗੇ ਵੀ ਸਿਆਸਤ ਜਿਹੜੀ ਜਲੰਧਰ ਦੀ ਹੈ ਇਲੈਕਸ਼ਨਸ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਚੱਲ ਰਹੀ ਹੈ, ਵੱਧ ਰਹੀ ਹੈ, ਘੱਟ ਰਹੀ ਹੈ, ਉੱਪਰ ਜਾਂ ਹੇਠਾਂ ਜਾ ਰਹੀ ਹੈ? ਮੈਨੂੰ ਲੱਗਦਾ ਕਿ ਵੀ ਪੰਜਾਬ ਦੇ ਅੰਦਰ ਲੋਕ ਅਵੇਅਰ ਬਹੁਤ ਹੋ ਗਏ ਨੇ, ਔਰ ਪੰਜਾਬ ਦੇ ਅੰਦਰ ਲੋਕ ਆਪਣੀ ਮੂਲਭੁਤ ਜ਼ਰੂਰਤਾਂ ਵਾਸਤੇ, ਆਪਣੇ ਰਾਈਟਸ ਵਾਸਤੇ ਅਵੇਅਰ ਹੋ ਗਏ ਨੇ, ਔਰ ਉਹਦੀ ਅਵੇਅਰਨੈਸ ਦਾ ਹੀ ਕਾਰਨ ਹੈ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਆਈ ਸੀ। ਉਹ ਠੀਕ ਹੈ ਕਿ ਹੁਣ ਆਮ ਆਦਮੀ ਪਾਰਟੀ ਨੇ ਇਸ ਲੋਕ ਸਭਾ 'ਚ ਉਹਦਾ ਖਾਮਿਆਜ਼ਾ ਭੁਗਤ ਰਿਹਾ। ਪਹਿਲੇ 92 ਸੀਟਾਂ ਨਾਲ 2022 ਸਰਕਾਰ ਬਣਾਈ, ਔਰ 2024 ਆਉਂਦੇ ਆਉਂਦੇ ਸਿਰਫ 3 ਲੋਕ ਸਭਾ 'ਚ ਹੀ ਜਿੱਤ ਪਾਏ, 10 'ਚ ਹਾਰ ਗਏ। ਇੱਕ ਲੋਕ ਸਭਾ ਦੇ ਅੰਦਰ 9 ਸੀਟਾਂ ਹੁੰਦੀਆਂ ਨੇ ਵਿਧਾਨ ਸਭਾ ਦੀਆਂ, ਅਤੇ 90 ਦੇ ਉੱਪਰ ਕੋਲ ਪਿੱਛੇ ਚਲੇ ਗਏ। ਅਤੇ ਉਹ ਕਾਰਨ ਅਵੇਅਰਨੈਸ ਇਹ ਲੈ ਕੇ ਆਏ ਸੀ। ਹੁਣ ਉਹ ਅਵੇਅਰਨੈਸ ਇੱਕ ਕੰਟੀਨਿਊਟੀ 'ਚ ਪ੍ਰੋਸੈਸ ਚੱਲ ਰਿਹਾ। ਪੰਜਾਬ ਦੇ ਲੋਕ ਵੈਸੇ ਵੀ ਨਿਵੇਕਲੇ ਮੰਨੇ ਜਾਂਦੇ ਨੇ, ਅਲੱਗ ਸੋਚਦੇ ਨੇ, ਅਲੱਗ ਤਰੀਕੇ ਚੱਲਦੇ ਨੇ, ਪੂਰੇ ਦੇਸ਼ ਦੇ ਟ੍ਰੈਂਡ ਤੋਂ ਰਿਵਰਸ ਚੱਲਦੇ ਨੇ। ਆਮ ਆਦਮੀ ਪਾਰਟੀ ਦੇ ਦੇਸ਼ 'ਚ ਕਿਤੇ ਪੈਰ ਨਹੀਂ ਲੱਗਦੇ ਪਏ, ਹਰ ਜਗ੍ਹਾ ਜ਼ਮਾਨਤਾਂ ਹੀ ਜ਼ਬਤ ਹੁੰਦੀ ਹੈ। ਮਾਨ ਸਾਹਿਬ ਜਿੱਥੇ ਰੈਲੀ ਕਰ ਜਾਂਦੇ ਆ ਉੱਥੇ ਬੰਦੇ ਜ਼ਮਾਨਤ ਹੀ ਨਹੀਂ ਬਚਦੀ, ਕੇਜਰੀਵਾਲ ਜਿੱਥੇ ਨਾਰਾ ਲਾ ਜਾਂਦੇ ਨੇ ਉੱਥੇ ਜ਼ਮਾਨਤ ਹੀ ਨਹੀਂ ਬਚਦੀ। ਇੱਕ ਦੋ ਜਗ੍ਹਾ ਛੱਡ ਦਿਓ, 99% ਤੋਂ ਉੱਪਰ ਇਹਨਾਂ ਜ਼ਮਾਨਤ ਦਾ ਸਕਸੈਸ ਰੇਟ ਹੈ, ਜ਼ਮਾਨਤ ਜ਼ਬਤ ਕਰਵਾਉਣ ਦਾ। ਅਤੇ ਹੁਣ ਉਹ ਲੋਕ ਅਵੇਅਰ ਹੋ ਰਹੇ, ਪਰ ਪੰਜਾਬ 'ਚ ਕਿਉਂਕਿ ਆ ਚੁੱਕੇ ਸੀ, ਹੁਣ ਲੋਕਾਂ ਨੂੰ ਉਹਦੇ ਜਿਹੜੀ ਨਕਲੀ ਰੂਪ ਹੈ ਉਹ ਦੇਖਣਾ ਸ਼ੁਰੂ ਹੋ ਗਿਆ। ਹੁਣ ਲੋਕ ਇਹਨਾਂ ਦੇ ਅਗੇਂਸਟ ਖੜ੍ਹੇ ਹੋਣੇ ਸ਼ੁਰੂ ਹੋ ਗਏ, ਔਰ ਉਹਦਾ ਹਾਲਾਤ, ਉਹਦਾ ਜਿਹੜਾ ਇੱਕ ਫਸਟ ਐਗਜ਼ਾਮਪਲ ਕ੍ਰੀਏਟ ਹੋਇਆ ਜਦੋਂ ਸੁਸ਼ੀਲ ਰਿੰਕੂ ਨੇ, ਸਿਟਿੰਗ MP ਜਿਹਨੂੰ ਪਾਰਲੀਮੈਂਟ ਟਿਕਟ ਆਮ ਆਦਮੀ ਪਾਰਟੀ ਨੇ ਅਲੋਟ ਕਰਤੀ, ਉਹਨੇ ਅਸਤੀਫਾ ਦੇ ਕੇ BJP ਜੁਆਇਨ ਕਰ ਲਈ। ਹਾਰਿਆ ਜਿੱਥੇ ਤੱਕ ਲੱਗ ਗਿਆ, ਪਰ ਹਿੰਮਤ ਦਿਖਾਈ, ਇੰਨੀ ਕੋਈ ਹਿੰਮਤ ਦਿਖਾਉਂਦਾ ਨਹੀਂ। ਇਸੇ ਉਸ ਤੋਂ ਅੱਗੇ ਨਾਲ ਹੀ ਇਹਨੂੰ ਲੈ ਲਓ, ਆਪਣਾ ਸ਼ੀਤਲ ਉਂਗਰਾਲ ਨੂੰ ਲੈ ਲਓ। ਹੁਣ ਸ਼ੀਤਲ ਉਂਗਰਾਲ ਜਿਹੜਾ ਹੈਗਾ ਹੀ MLA ਸੀਗਾ, ਔਰ ਇੱਕ MLA ਦੇ ਅਸਤੀਫੇ ਦੇ ਨਾਲ ਆਮ ਆਦਮੀ ਪਾਰਟੀ ਸਰਕਾਰ 'ਤੇ ਕੋਈ ਫਰਕ ਨਹੀਂ ਪੈਂਦਾ ਸੀਗਾ। ਉਹਨੇ ਫਿਰ ਵੀ ਹਿੰਮਤ ਦਿਖਾਈ, ਅਸਤੀਫਾ ਕਿਉਂ ਦਿਖਾਈ? ਕਿਉਂਕਿ ਉਹਦੇ ਅੰਦਰ ਕਰਪਸ਼ਨ ਸੀਗੀ, ਉਹਦੇ ਅੰਦਰ ਪਰਿਵਾਰਵਾਦ ਸੀਗਾ, ਉਹਦੇ ਅੰਦਰ VIP ਕਲਚਰ ਸੀਗਾ, ਔਰ ਥੱਲੇ ਲੋਕਾਂ ਦੀ ਇਸ਼ੂਜ਼ ਦੇ ਉੱਪਰ ਕੋਈ ਡਿਲੀਵਰੀ ਨਹੀਂ ਸੀਗੀ। ਔਰ ਅੱਜ ਜਲੰਧਰ ਵੈਸੇ ਜਿਹੜੇ ਲੋਕ ਹੈ ਉਹ ਵੀ ਇਹਨਾਂ ਚੀਜ਼ਾਂ ਦੇ ਪ੍ਰਤੀ ਅਵੇਅਰ ਨੇ। ਉਹਨਾਂ ਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਇੱਕ ਝੂਠ ਬੋਲਣ ਦੀ ਮਸ਼ੀਨ ਹੈ, ਵਾਰ 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 ਝੂਠੇ ਵਾਅਦੇ ਕਰਕੇ ਸਾਨੂੰ ਭਰਮਾਉਣ ਦੀ ਕੋਸ਼ਿਸ਼ ਕਰਦੀ ਹੈ। ਇਸ ਕਰਕੇ ਮੈਨੂੰ ਲੱਗਦਾ ਕਿ ਸਾਫ਼ ਸੜਕਾਂ ਵਾਸਤੇ, ਟੁੱਟੀਆਂ ਸੜਕਾਂ ਰਿਪੇਅਰ ਹੋ ਜਾਣ, ਪਾਣੀ ਪੀਣ ਦਾ ਸਾਰਿਆਂ ਨੂੰ ਸਾਫ਼ ਮਿਲੇ, ਸੀਵਰੇਜ ਓਵਰਫਲੋ ਨਾ ਕਰੇ, ਬਰਸਾਤ 'ਚ ਰਸਤੇ ਨਾ ਰੁਕਣ, ਸੜਕਾਂ ਠੀਕ ਬਣ ਜਾਣ, ਇਹਨਾਂ ਛੋਟੀ ਛੋਟੀ ਚੀਜ਼ਾਂ ਵਾਸਤੇ ਜਿਹੜੀ ਮੂਲਭੂਤ ਬੇਸਿਕ ਚੀਜ਼ਾਂ ਨੇ ਉਹਦੇ ਵਾਸਤੇ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਖਿਲਾਫ਼ ਜਾ ਕੇ BJP ਨੂੰ ਇਸ ਵਾਰ ਜਿਹੜੇ ਹੈਗੇ ਨੇ ਜਲੰਧਰ ਵੈਸੇ ਲੋਕ ਵੋਟ ਕਰਨਗੇ। ਕੱਲ੍ਹ ਇੱਕ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਹੈ ਗੈਂਗਸਟਰਾਂ ਨੂੰ ਪਰੋਲ 'ਤੇ ਲਿਆ ਰਹੇ ਨੇ, ਔਰ ਉਸੇ ਪਰੋਲ 'ਤੇ ਲਿਆਉਂਦੇ ਹੋਏ ਗੈਂਗਸਟਰ ਕੋਲੋਂ ਲੋਕਾਂ ਨੂੰ ਡਰਾ ਧਮਕਾ ਰਹੇ ਨੇ। ਹਾਲਾਂਕਿ ਇਹ ਵੀ ਨਾਲ ਕਿਹਾ ਵੀ ਇਲੈਕਸ਼ਨ ਦੇ ਵਿੱਚ ਕੋਡ ਆਫ ਕੰਡਕਟ ਲੱਗਿਆ ਹੁੰਦਾ, ਕੋਈ ਵੀ ਗੈਂਗਸਟਰ ਉਹ ਵੀ ਫਿਲਹਾਲ ਲੋਕਲ ਜਿਹੜਾ ਹੋਵੇ ਉਹਨੂੰ ਪਰੋਲ ਨਹੀਂ ਦਿੱਤੀ ਜਾ ਸਕਦੀ ਉਸ ਜ਼ਿਲ੍ਹੇ ਦੀ। ਦੇਖੋ, ਮੈਨੂੰ ਲੱਗਦਾ ਕਿ ਪੈਰੋਲ ਇੱਕ ਲੀਗਲ ਪ੍ਰੋਸੈਸ ਹੈ, ਔਰ ਕਿਸੇ ਵੀ ਬੰਦੇ ਨੂੰ ਪੈਰੋਲ ਮਿਲਦੀ ਹੈ ਉਹ ਲੀਗਲ ਪ੍ਰੋਸੈਸ ਤਾਂ ਕੰਪਲੀਟ ਹੁੰਦਾ ਹੈ। ਉਹ ਠੀਕ ਹੈ, ਸਰਕਾਰ ਦੀ ਡਿਸਕ੍ਰਿਪਸ਼ਨ ਹੈ ਕਿ ਲੀਗਲ ਪ੍ਰੋਸੈਸ ਨੂੰ ਕਿੰਨਾ ਫਾਸਟ ਕਰਨਾ ਔਰ ਕਿੰਨਾ ਸਲੋ ਕਰਨਾ। ਮਸਲਨ ਕੋਈ ਜੇਲ੍ਹ 'ਚ ਬੰਦਾ ਬੈਠਾ ਹੈ, ਉਹ ਪੈਰੋਲ ਲਈ ਅਪਲਾਈ ਕਰਦਾ ਹੈ, ਉਹ ਪੈਰੋਲ ਦੇ ਅਪਲਾਈ ਦੇ ਕਈ ਲੈਵਲਸ ਨੇ, ਆਖਰ 'ਚ ਹੋਮ ਸੈਕਟਰੀ ਤੱਕ ਜਾਂਦਾ ਹੈ, ਚੀਫ ਸੈਕਟਰੀ ਤੱਕ ਫਾਈਲ ਸਾਈਨ ਹੋ ਜਾਂਦੀ ਹੈ। ਜਦ ਪੈਰੋਲ ਦੇ ਪ੍ਰੋਸੈਸ ਹੈ, ਫਿਰ ਲੀਗਲ ਕਲੀਅਰੈਂਸ ਲੈਣ ਦੀ ਜੱਜਿਸ ਤੋਂ ਲੈਣੀ ਹੁੰਦੀ ਹੈ। ਹੁਣ ਜਿਹੜੇ ਪੈਰੋਲ ਦੇ ਜਿਹੜੇ ਪ੍ਰੋਸੈਸ ਹੈਗੇ ਨੇ, ਜਿਹੜੇ ਨੋਰਮਸ ਨੇ, ਉਹ ਸਰਕਾਰ ਤੇਜ਼ ਵੀ ਕਰ ਸਕਦੀ ਹੈ, ਸਲੋ ਵੀ ਕਰ ਸਕਦੀ ਹੈ। ਇਸ ਕੇਸ 'ਚ ਹੋ ਸਕਦਾ ਨਾ ਤੇਜ਼ ਕਰਦਾ ਹੋਵੇ, ਪਰ ਮੈਨੂੰ ਨਹੀਂ ਲੱਗਦਾ ਕਿ ਗੈਰ ਕਾਨੂੰਨੀ ਤਰੀਕੇ ਨਾਲ ਉਹ ਪੈਰੋਲ
ਉਹ ਦੇ ਸਕਦੇ ਨੇ ਕਿ ਦਿੱਤੀ ਹੁੰਦੀ ਤਾਂ ਹੁਣ ਤਾਂ ਕੋਰਟ ਚੈਲੇਂਜ ਹੋ ਗਿਆ। ਉਹਦੇ ਵਿੱਚ ਇੱਕ ਹੋਰ ਨਾਲ ਤੱਥ ਸੀਗਾ ਵੀ ਕਹਿੰਦੇ ਉਸੇ ਗੈਂਗਸਟਰ ਤੋਂ ਹੀ ਜਿਹੜੀ ਜਲੰਧਰ ਜਿੰਮੀ ਚੋਣ ਹੈ ਉਸਨੂੰ ਹਾਈਜੈਕ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੀਜੇਪੀ ਵਰਕਰ ਮਾਫ਼ ਕਰਨਾ ਕਾਂਗਰਸੀ ਵਰਕਰਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਉਸੇ ਤਰੀਕੇ ਦੇ ਨਾਲ ਜਿਹੜੇ ਬੀਜੇਪੀ ਦੇ ਉਮੀਦਵਾਰ ਸ਼ੀਤਲ ਗੁਰਾਲ ਕਹਿੰਦੇ ਸੀ ਵੀ ਸਾਡੇ ਵੀ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹੈ, ਲਾਗਲੇ ਜਿਹੜੇ ਵਰਕਰਸ ਨੇ ਉਹਨਾਂ ਨੂੰ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ। ਹਾਲਾਂਕਿ ਕੀ ਲੱਗਦਾ ਹੈ ਵੀ ਇੱਕ ਗੈਂਗਸਟਰ ਦੇ ਉਹ ਨਾਲ ਜਿਹੜੀ ਇਲੈਕਸ਼ਨ ਹੈ ਹਾਈਜੈਕ ਹੋ ਸਕਦੀ ਹੈ, ਜਾਂ ਫਿਰ ਇੱਕ ਪਾਸੇ ਬਾਕੀ ਜਿਹੜੇ ਚਰਚਿਤ ਹੈ ਵੀ ਇਹ ਵੀ ਕਾਂਗਰਸ ਔਰ ਆਪ ਪਾਰਟੀ ਇੱਕ ਹੈ ਸੈਂਟਰ ਦੇ ਵਿੱਚ, ਪੰਜਾਬ ਸਟੇਟ 'ਚ ਵੱਖਰੇ ਨੇ ਔਰ ਬਿਆਨ ਵੀ ਵੱਖਰੇ ਵੱਖਰੇ ਦਿੱਤੇ ਜਾ ਰਹੇ ਹੈ। ਦੇਖੋ ਗੈਂਗਸਟਰ ਦੇ ਦੋ ਰੂਪ ਹੁੰਦੇ ਨੇ, ਇੱਕ ਗੈਂਗਸਟਰ ਜਿਹੜਾ ਹੈਗਾ ਲੁੱਟਾ ਖੋਹਾਂ ਕਰਦਾ, ਗੈਂਗ ਚਲਾਉਂਦਾ, ਔਰ ਇੱਕ ਦੂਜਾ ਉਹਦਾ ਰੂਪ ਹੁੰਦਾ ਕਿ ਲੋਕਾਂ ਦੇ ਅੰਦਰ ਉਹ ਸ਼ਾਇਦ ਕਦੀ ਕਦੀ ਪੈਸੇ ਵੀ ਵੰਡਦਾ ਜਾਂ ਸੇਵਾ ਵੀ ਕਰਦਾ। ਮੈਨੂੰ ਨਹੀਂ ਪਤਾ ਇਸ ਦੇ ਪਰਟੀਕੁਲਰ ਕੀ ਹੈ, ਪਰ ਇੱਕ ਚਰਚਾ ਹੈ ਕਿ ਇਹਦਾ ਕੋਈ ਰੋਲ ਹੈਗਾ, ਇਹਦੇ ਵੋਟਰਸ ਉੱਪਰ ਇਨਫਲੂਐਂਸ ਹੈ। ਅਤੇ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਹਾਰ ਹੈ ਕਿ ਅੱਜ ਅਗਰ ਆਮ ਆਦਮੀ ਪਾਰਟੀ ਜਿਹੜੀ 92 ਸੀਟਾਂ ਨਾਲ ਅਸੈਂਬਲੀ 'ਚ ਸਰਕਾਰ ਬਣਾਈ ਹੋਏ, ਉਸ ਆਮ ਆਦਮੀ ਪਾਰਟੀ ਨੂੰ ਇੱਕ ਗੈਂਗਸਟਰ ਦਾ ਸਹਾਰਾ ਲੈਣਾ ਪਏ ਉਹ ਵੀ ਵੋਟਾਂ ਵਾਸਤੇ। ਸੋ ਦੂਸਰੀ ਤਰਫ ਕਹਿ ਲਈਏ ਵੀ ਮੁੱਦੇ ਜਿਹੜੇ ਲਗਾਤਾਰ ਚੱਲ ਰਹੇ ਨੇ, ਨਸ਼ਾ, ਬੇਰੁਜ਼ਗਾਰੀ, ਗੈਂਗਸਟਰਵਾਦ, ਇਹ ਸਰਕਾਰ ਕਹਿੰਦੀ ਅਸੀਂ ਖਤਮ ਕਰ ਰਹੇ ਹਾਂ। ਔਰ ਇੱਕ ਹੋਰ ਮੁੱਦਾ ਹੈਗਾ ਸਿਹਤ ਔਰ ਸਿੱਖਿਆ, ਜਿਸ ਨੂੰ ਕਹਿ ਰਹੇ ਵੀ ਅਸੀਂ ਹੋਰ ਜ਼ਿਆਦਾ ਬੜਾਵਾ ਦੇ ਰਹੇ ਹਾਂ, 829 ਮੁਹੱਲਾ ਕਲੀਨਿਕ ਖੋਲ੍ਹ ਲਏ। ਸੋ ਉਸ ਪੂਰੇ ਮਾਮਲੇ ਦੇ ਵਿੱਚ ਜਲੰਧਰ ਜਿਹੜਾ ਹੈਗਾ ਕਿਸ ਜਗ੍ਹਾ ਦੇ ਉੱਪਰ ਸਟੈਂਡ ਕਰਦਾ? ਦੇਖੋ, ਆਮ ਆਦਮੀ ਪਾਰਟੀ ਝੂਠ ਦੀ ਮਸ਼ੀਨ ਹੈ ਔਰ ਆਮ ਆਦਮੀ ਪਾਰਟੀ ਲਗਾਤਾਰ ਝੂਠ ਹੀ ਬੋਲਦੀ ਹੈ। ਅੱਜ ਦੀ ਜੇ ਅਖਬਾਰਾਂ ਚੱਕ ਲਓ, ਉਸ 'ਚ ਸਾਫ ਛਪਿਆ ਕਿ ਵੀ ਇੱਕ ਹੋਸਪਿਟਲ ਹੈ ਜਿੱਥੇ 26 ਡਾਕਟਰ ਹੋਣੇ ਚਾਹੀਦੇ ਨੇ ਔਰ ਉੱਥੇ 11 ਪੋਸਟਡ ਨੇ, 15 ਮਿਸਿੰਗ ਨੇ, 15 ਪੋਸਟਡ ਹੀ ਨਹੀਂ ਹੈ। ਜਿਹੜੇ 11 ਪੋਸਟਡ ਨੇ ਉਹਨਾਂ ਵਿੱਚੋਂ 5 ਛੁੱਟੀ 'ਤੇ ਨੇ ਅਤੇ ਹੋਸਪਿਟਲ 6 ਡਾਕਟਰਾਂ ਦੇ ਉੱਪਰ ਚੱਲਦਾ ਪਿਆ। ਇੱਕ ਹੋਰ ਹੋਸਪਿਟਲ ਛੱਪੀ ਕਿ ਉੱਥੇ ਐਕਸਰੇ ਮਸ਼ੀਨ ਵਾਸਤੇ ਸੈਂਟਰ ਤੋਂ ਫੰਡ ਆਇਆ, ਐਕਸਰੇ ਮਸ਼ੀਨ ਹੁਣ ਤੱਕ ਲੱਗੀ ਨਹੀਂ ਔਰ ਫੰਡ ਯੂਜ਼ ਹੋ ਗਿਆ। ਸੋ ਸਿਹਤ ਮਾਡਲ ਇਹਦਾ ਸਾਫ਼ ਹੈ। ਔਰ ਜਿੱਥੇ ਤੱਕ ਆਮ ਆਦਮੀ ਪਾਰਟੀ ਦੀ ਕਲੀਨਿਕ ਦੀ ਗੱਲ ਹੈ, ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਆਮ ਆਦਮੀ ਪਾਰਟੀ ਕਲੀਨਿਕ ਜਿਹੜੇ ਹੈ 17,000 ਜਾਂ 25,000 ਬਣਾਵਾਂਗੇ, ਅਤੇ ਉਹ ਜਿਹੜੇ ਹੁਣ ਤੱਕ ਸਿਰਫ ਇਹਨਾਂ ਨੇ ਸ਼ਾਇਦ 500 ਕੁਛ ਕਲੀਨਿਕ ਬਣਾਏ ਆ। ਜੇ ਦੇਖਿਆ ਜਾਵੇ ਤਾਂ ਇਹਨਾਂ ਦੇ ਅਗਰ 15,000 ਵੀ ਬਣਾਉਣੇ ਸੀਗੇ ਤਾਂ ਇੱਕ ਸਾਲ 'ਚ 3 ਬਣਾਉਣੇ ਸੀਗੇ, ਹੁਣ ਤੱਕ 6,000 ਇਹਨਾਂ ਦੇ ਹੋਣੇ ਚਾਹੀਦੇ ਆ, 500 ਕੁਛ ਕਲੀਨਿਕ ਬਣੇ ਆ, ਉਹ ਵੀ ਵਾਅਦਾ ਪੂਰਾ ਨਹੀਂ ਕਰ ਪਾ ਰਹੇ। ਹੁਣ ਅਗਲੀ ਗੱਲ ਇਹ ਕਿ ਆਮ ਆਦਮੀ ਪਾਰਟੀ ਕਲੀਨਿਕ ਜਿਹੜੇ ਹੈਗੇ ਨੇ ਉਹ ਵੀ ਕਲੀਨਿਕ ਕਿਸੇ ਕੰਮ ਦੇ ਨਹੀਂ ਹੈ, ਠੀਕ ਹੈ? ਤੁਸੀਂ ਸਿਰਫ ਲੋਕਾਂ ਨੂੰ ਗੋਲੀਆਂ ਹੀ ਦੇ ਸਕਦੇ ਹੋ, ਇਹਦੇ ਨਾਲ ਕੁਛ ਨਹੀਂ ਕਰ ਸਕਦੇ। ਅਤੇ ਜੇ ਮੇਰੀ ਫ੍ਰੈਕਚਰ ਹੋ ਗਿਆ, ਜੇ ਮੈਨੂੰ ਗੰਭੀਰ ਬਿਮਾਰੀ ਹੈ, ਉਹ ਆਮ ਆਦਮੀ ਪਾਰਟੀ ਕਲੀਨਿਕ 'ਚ ਟ੍ਰੀਟਮੈਂਟ ਨਹੀਂ ਹੋਏਗਾ, ਉਹ ਹੋਸਪਿਟਲ 'ਚ ਹੋਏਗਾ, ਅਤੇ ਹੋਸਪਿਟਲ ਦਾ ਇਨਫਰਾਸਟ੍ਰਕਚਰ ਤਾਰਾਸ਼ਾਹੀ ਹੋ ਚੁੱਕਿਆ। ਸੋ ਹੈਲਥ 'ਚ ਵੀ ਇਹ ਜ਼ੀਰੋ ਨੇ। ਜਿੱਥੇ ਤੱਕ ਡਰੱਗਸ ਦੀ ਗੱਲ ਹੈ, ਡਰੱਗਸ ਦੇ ਮਾਮਲੇ 'ਚ ਪੰਜਾਬ ਦੇ ਅੰਦਰ ਮਾਨ ਸਾਹਿਬ ਦੀ ਸਰਕਾਰ, ਆਮ ਆਦਮੀ ਪਾਰਟੀ ਸਰਕਾਰ ਬਣਨ ਤੋਂ ਬਾਅਦ ਹਾਲਾਤ ਹੋਰ ਵੀ ਖਰਾਬ ਹੋ ਗਏ ਨੇ। ਮੈਨੂੰ ਯਾਦ ਹੈ ਇਹਨਾਂ ਦੇ ਇਲੈਕਸ਼ਨ ਕੈਂਪੇਨ 'ਚ ਨਾਰਾ ਹੁੰਦਾ ਸੀਗਾ ਆਮ ਆਦਮੀ ਪਾਰਟੀ ਦਾ ਕਿ ਅਸੀਂ ਜਿਹੜਾ ਹੈਗਾ 30 ਦਿਨਾਂ ਦੇ ਅੰਦਰ, 60 ਦਿਨਾਂ ਦੇ ਅੰਦਰ, 2 ਮਹੀਨੇ 'ਚ ਨਸ਼ਾ ਖਤਮ ਕਰ ਦਾਂਗੇ। 2.5 ਸਾਲ ਹੋ ਗਏ ਨੇ, ਹੁਣ ਤੱਕ ਨਸ਼ਾ ਤਾਂ ਪੰਜਾਬ 'ਚ ਖਤਮ ਨਹੀਂ ਹੋਇਆ। ਹੋਇਆ ਕੀ? ਜਦ ਤੋਂ ਭਗਵੰਤ ਮਾਨ ਸਾਹਿਬ ਦੀ ਸਰਕਾਰ ਬਣੀ ਹੈ, ਪੰਜਾਬ ਦੇ ਅੰਦਰ ਨਸ਼ਾ ਜ਼ਿਆਦਾ ਮਿਲਣ ਲੱਗ ਪਿਆ, ਪੰਜਾਬ ਦਾ ਨਸ਼ਾ ਜ਼ਿਆਦਾ ਵਿਕਣ ਲੱਗ ਪਿਆ, ਜਿਹੜੇ ਨਸ਼ਾ ਦੇ ਸੌਦਾਗਰ ਨੇ ਉਹ ਇੰਨੇ ਦਲੇਰ ਹੋ ਗਏ ਨੇ ਕਿ ਹੁਣ ਬੋਰਡ ਲੱਗਦਾ ਪੰਜਾਬ 'ਚ, ਚਿੱਟਾ ਇੱਥੇ ਮਿਲਦਾ, ਚਿੱਟਾ ਉੱਥੇ ਮਿਲਦਾ, ਇਹ ਬੋਰਡ ਲੱਗਦਾ ਪੰਜਾਬ 'ਚ। ਹੁਣ ਪੰਜਾਬ 'ਚ ਜਿਵੇਂ ਸ਼ਰਾਬ ਦੇ ਅਹਾਤੇ ਹੁੰਦੇ ਨੇ, ਉਸ ਤਰ੍ਹਾਂ ਹੀ ਪੰਜਾਬ ਦੇ ਅੰਦਰ ਹੁਣ ਕੁਛ ਏਰੀਆ ਮਿਲਦੇ ਨੇ ਜਿੱਥੇ ਜਿਹੜੇ ਚਿੱਟਾ ਵੇਚਦੇ ਨੇ ਉਹ ਕਹਿੰਦੇ ਨੇ ਤੁਸੀਂ ਇੱਥੇ ਚਿੱਟੇ ਦਾ ਇੰਜੈਕਸ਼ਨ ਲਾ ਲਓ, ਇਹ ਚਿੱਟੇ ਦਾ ਅਹਾਤਾ ਹੈ, ਇੱਥੇ ਪੁਲਿਸ ਨਹੀਂ ਆਏਗੀ, ਠੀਕ ਹੈ? ਹੁਣ ਚਿੱਟੇ ਦੇ ਅਹਾਤੇ ਵੀ ਖੁੱਲ੍ਹਣੇ ਸ਼ੁਰੂ ਹੋ ਗਏ। ਹੁਣ ਇਸ ਤੋਂ ਵੀ ਹੋਰ ਕਦਮ ਹੋਰ ਉੱਪਰ ਕੀ ਹੋ ਗਿਆ ਕਿ ਜਿਹੜੇ ਪਿੰਡਾਂ ਦੇ ਅੰਦਰ ਨਸ਼ਾ ਰੋਕੂ ਕਮੇਟੀਆਂ ਨੇ, ਜਦ ਉਹ ਨਸ਼ਾ ਵੇਚਣ ਵਾਲੇ ਤਸਕਰਾਂ ਨੂੰ ਰੋਕਦੇ ਨੇ, ਉਹ ਤਸਕਰਾਂ 'ਤੇ ਅਟੈਕ ਕਰਦੇ ਨੇ, ਤਲਵਾਰਾਂ 'ਤੇ ਅਟੈਕ ਕਰਦੇ ਨੇ,
ਫਿਰ ਘਰਾਂ 'ਚ ਆ ਕੇ ਅਟੈਕ ਕਰਦੇ ਨੇ, ਗੋਲੀਆਂ ਚਲਾਉਂਦੇ ਨੇ, ਔਰ ਜਦ ਪੁਲਿਸ ਉਹਨਾਂ ਨੂੰ ਰੋਕਦੀ ਹੈ ਤਾਂ ਪੁਲਿਸ ਦੇ ਉੱਪਰ ਟਰੈਕਟਰ ਚਾੜ ਦਿੰਦੇ ਨੇ, ਜਦ ਨਾਰਕੋਟਿਕਸ ਕੰਟਰੋਲ ਬਿਊਰੋ ਵਾਲੇ ਆਉਂਦੇ ਨੇ ਉਹਨਾਂ ਦੇ ਉੱਪਰ ਅਟੈਕ ਕਰਦੇ ਨੇ। ਹੁਣ ਤਾਂ ਲੇਟੈਸਟ ਹੋਰ ਵੀ ਡਰਾਂ ਵਾਲੀ ਜਿਹੜੀ ਕਾਰਵਾਈ ਕੀਤੀ ਨਸ਼ਾ ਤਸਕਰਾਂ ਨੇ, ਜਗਰਾਓ ਦੇ ਅੰਦਰ ਇੱਕ ਬੰਦਾ ਸੀ, ਜਿਹੜਾ ਮੁੰਡਾ ਸੀ, ਨਸ਼ਾ ਵੇਚਣ ਤੋਂ ਰੋਕਦਾ ਸੀਗਾ, ਉਹਦੇ ਉੱਪਰ ਪੈਟਰੋਲ ਸੁੱਟ ਕੇ ਅੱਗ ਲਗਾਤੀ। ਕਿੰਨੀ ਜ਼ਿਆਦਾ ਦਰਦਨਾਕ ਚੀਜ਼ ਹੋਈ, ਪੈਟਰੋਲ ਸੁੱਟ ਕੇ ਅੱਗ ਲਗਾਤੀ। ਇਸੇ ਹੀ ਤਰਨ ਤਾਰਨ ਦੇ ਅੰਦਰ ਇੱਕ ਮੁੰਡਾ ਸੀ, ਉਹ ਨਸ਼ਾ ਰੋਕਦਾ ਸੀ ਅਤੇ ਉਹ ਮੁੰਡੇ ਦੇ ਉੱਪਰ ਜਿਹੜਾ ਹੈਗਾ ਪੂਰੇ ਪਰਿਵਾਰ ਦੇ ਉੱਪਰ ਅਟੈਕ ਕਰਤਾ ਉਹਨਾਂ ਨੇ ਆ ਕੇ, ਤਲਵਾਰਾਂ ਔਰ ਹਵਾਈ ਫਾਇਰ ਵੀ ਕਰਕੇ ਗਏ। ਸੋ ਪੰਜਾਬ ਦੇ ਅੰਦਰ ਨਸ਼ਾ ਤਸਕਰਾਂ ਦੇ ਹੌਸਲੇ ਇੰਨੇ ਬੁਲੰਦ ਹੈ ਕਿ ਉਹ ਚਿੱਟੇ ਦਾ ਬੋਰਡ ਲਗਾਉਂਦੇ ਨੇ, ਚਿੱਟੇ ਦੇ ਅਹਾਤੇ ਬਣਾਉਂਦੇ ਨੇ, ਲੋਕਾਂ ਜਿਹੜਾ ਨਸ਼ਾ ਵੇਚਣ ਤੋਂ ਅਟੈਕ ਕਰਦੇ ਨੇ, ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਨੇ, ਪੁਲਿਸ ਤੋਂ ਵੀ ਨਹੀਂ ਡਰਦੇ, ਪੁਲਿਸ ਦੇ ਉੱਪਰ ਵੀ ਅਟੈਕ ਕਰਦੇ, ਨਾਰਕੋਟਿਕਸ ਕੰਟਰੋਲ ਬਿਊਰੋ ਦੇ ਉੱਪਰ ਵੀ ਅਟੈਕ ਕਰ ਦਿੰਦੇ ਨੇ। ਸੋ ਅੱਜ ਭਗਵੰਤ ਮਾਨ ਸਾਹਿਬ ਦੇ ਸਮੇਂ 'ਚ ਨਸ਼ੇ ਦਾ ਇੱਕ ਬੜਾ ਭਿਆਨਕ ਰੂਪ ਜਿਹੜਾ ਹੈਗਾ ਸਾਡੇ ਸਾਹਮਣੇ ਸਾਹਮਣੇ ਆਇਆ। ਸੋ ਨਸ਼ਾ ਰੋਕਣ 'ਚ ਆਮ ਆਦਮੀ ਪਾਰਟੀ ਬਿਲਕੁਲ ਫੇਲ ਹੋਈ ਹੈ। ਇਹਦੇ ਨਾਲ ਗੱਲ ਹੋਰ ਜੋੜ ਦੂੰਗਾ, ਅਗਲੀ ਗੱਲ ਤੁਸੀਂ ਲਿਓ, ਤੁਹਾਨੂੰ ਯਾਦ ਹੋਏਗਾ ਕੇਜਰੀਵਾਲ ਸਾਹਿਬ ਦੇ ਉਹ ਬਿਆਨ ਲੱਭ ਲਿਓ, ਮੈਂ ਭੇਜ ਦੂੰਗਾ ਤੁਹਾਨੂੰ, ਜਾਂ ਮਾਨ ਸਾਹਿਬ ਦੇ ਬੋਲਦੇ, ਖਾ ਕੇਜਰੀਵਾਲ ਸਾਹਿਬ ਬੋਲਦੀ, ਕਿਉਂਕਿ ਤਦ ਤਾਂ ਮਾਨ ਸਾਹਿਬ ਤਾਂ ਘੁੱਗੂ ਜਿਬਣ ਕਿਸਾਨ ਨਾਲ ਬੈਠੇ ਰਹਿੰਦੇ ਸੀ, ਜਦ ਤੱਕ ਡਿਕਲੇਅਰ ਨਹੀਂ ਹੋਏ, ਡਿਕਲੇਅਰ ਹੋਣ ਤੋਂ ਬਾਅਦ ਵੀ ਉਹਨੇ ਇੰਨੀ ਹਿੰਮਤ ਨਹੀਂ ਦਿਖਾਈ, ਹਿੰਮਤ ਹੁਣ ਮਾੜੀ ਮੋਟੀ ਦਿਖਾਈ ਹੈ, ਵੈਸੇ ਤਾਂ ਹੁਣ ਤੱਕ ਹਿੰਮਤ ਨਹੀਂ ਦਿਖਾਉਂਦੇ ਸੀਗੇ। ਮੈਂ ਤੁਹਾਨੂੰ ਯਾਦ ਕਰਵਾਉਣਾ, ਕੇਜਰੀਵਾਲ ਸਾਹਿਬ ਜਦ ਪੰਜਾਬ 'ਚ ਕੈਂਪੇਨ ਕਰਦੇ ਸੀਗੇ, ਉਹ ਵਾਇਦਾ ਕਰਦੇ ਸੀਗੇ, ਨਸ਼ੇ ਨੂੰ ਲੈ ਕੇ ਵਾਇਦਾ ਕਰਦੇ ਸੀਗੇ, ਔਰ ਵਾਇਦਾ ਕਿ ਨਸ਼ਾ ਅਸੀਂ ਖਤਮ ਕਰ ਦਾਂਗੇ। ਇਹਦੇ ਨਾਲ ਇਹ ਵੀ ਕਹਿੰਦੇ ਸੀਗੇ ਕਿ ਜਿਹੜਾ ਪੰਜਾਬ 'ਚ ਨਸ਼ਾ ਵਿਕ ਰਿਹਾ, ਇਹਦੇ ਵੇਚਣ 'ਚ ਪੰਜਾਬ ਦਾ ਮੁੱਖ ਮੰਤਰੀ, ਮੰਤਰੀ, MLA ਸਭ ਇਹਦੇ ਨਾਲ ਮਿਲੇ ਹੋਏ ਆ। ਅਤੇ ਕੇਜਰੀਵਾਲ ਸਾਹਿਬ, ਹਾਂ ਤੁਸੀਂ ਜੇਲ੍ਹ 'ਚ ਹੋ, ਮੈਂ ਤੁਹਾਨੂੰ ਜੇ ਤੁਹਾਡੀ ਹੀ ਗੱਲ ਹੁਣ ਦੇ ਕੰਟੈਕਸਟ 'ਚ ਇੰਪਲੀਮੈਂਟ ਕਰ ਦੇਵਾਂ, ਤਾਂ ਇਹਦਾ ਮਤਲਬ ਹੈ ਪੰਜਾਬ ਸਰਕਾਰ, ਆਮ ਆਦਮੀ ਪਾਰਟੀ ਸਰਕਾਰ, ਉਹਦੇ MLA, ਉਹਦੇ ਲੀਡਰ, ਉਹਦੇ MP, ਉਹਦੇ ਮਿਨਿਸਟਰ, ਮੁੱਖ ਮੰਤਰੀ ਸਾਰੇ ਡਰੱਗਸ ਦੇ ਵਪਾਰ 'ਚ ਸੰਲਿਪਤ ਨੇ, ਕਿ ਉਹ ਡਰੱਗਸ ਖਤਮ ਨਹੀਂ ਹੋ ਰਹੀ, ਡਰੱਗਸ ਓਪਨਲੀ ਵਿਕਣੀ ਸ਼ੁਰੂ ਹੋ ਗਈ। ਜੇ ਤੁਹਾਡੀ ਗੱਲ ਨੂੰ ਮੈਂ ਇੰਪਲੀਮੈਂਟ ਕਰ ਰਿਹਾ, ਕੋਈ ਮੈਂ ਆਪਣਾ ਆਰੋਪ ਨਹੀਂ ਲਗਾ ਰਿਹਾ, ਮੈਂ ਤਾਂ ਤੁਹਾਡੇ ਫਾਰਮੂਲਾ ਹੈ ਕਿ ਜੇ ਪੰਜਾਬ 'ਚ ਨਸ਼ਾ ਵਿਕਦਾ ਹੈ ਤਾਂ ਉਸ 'ਚ CM, ਮਿਨਿਸਟਰ, MLA, MP ਜਿਹੜੇ ਉਸ ਵਕਤ ਦੀ ਸਰਕਾਰ ਸੀ, ਕਾਂਗਰਸ, ਸਾਰੇ ਲੋਕ ਰਲੇ ਹੋਏ ਹਨ, ਅਤੇ ਇਸ ਦਾ ਮਤਲਬ ਹੁਣ ਤੁਹਾਡੇ ਲੋਕ ਰਲੇ ਹੋਏ ਹਨ, ਕਿਉਂ ਨਸ਼ਾ ਤਾਂ ਪੰਜਾਬ 'ਚ ਖਤਮ ਨਹੀਂ ਹੋਇਆ। ਸੋ ਮੇਰੀ ਬੇਨਤੀ ਹੈ ਕਿ ਵੀ ਨਸ਼ੇ ਦੇ ਉੱਪਰ ਫੋਕਸ ਕਰੋ, ਨਸ਼ਾ ਜਿਹੜਾ ਹੈਗਾ ਉਹ ਸਾਡੀ ਜਵਾਨੀ ਨੂੰ ਖਾ ਰਿਹਾ, ਇੱਕ ਪੂਰੀ ਪੀੜ੍ਹੀ ਖਤਮ ਹੋਣ ਦੇ ਕਗਾਰ 'ਤੇ ਆ ਗਈ ਪੰਜਾਬ 'ਚ, ਔਰ ਇਹਦਾ ਜੇ ਹੁਣ ਜੇ ਪੀੜ੍ਹੀ ਪੂਰੇ ਪੰਜਾਬ 'ਚ ਖਤਮ ਹੋਈ, ਜੇ ਉਹਦਾ ਸਿੰਗਲ ਕ੍ਰੈਡਿਟ ਸ਼੍ਰੇ ਕਿਸ ਨੂੰ ਜਾਏਗਾ, ਉਹ ਕੇਜਰੀਵਾਲ ਨੂੰ ਜਾਏਗਾ, ਭਗਵੰਤ ਮਾਨ ਨੂੰ ਜਾਏਗਾ, ਉਹਦਾ ਜਿਹੜਾ ਕਹਿੰਦੇ ਨਾ ਜੀ ਕਾਲਾ ਟਿੱਕਾ ਜੇ ਕਿਹਨੂੰ ਲੱਗੇਗਾ, ਉਹ ਭਗਵੰਤ ਮਾਨ ਨੂੰ ਲੱਗੇਗਾ ਕਿ ਇਹ ਮੁੱਖ ਮੰਤਰੀ ਔਰ ਹੋਮ ਮਿਨਿਸਟਰ ਹੋਣ ਦੇ ਨਾਤੇ ਪੰਜਾਬ 'ਚ ਨਸ਼ਾ ਨਹੀਂ ਰੋਕ ਪਾਇਆ, ਉਲਟੇ ਇਹਦੇ ਸਮਾਂ 'ਚ ਵੱਧ ਗਿਆ। ਔਰ ਉਹਦਾ ਅਸਰ ਜਲੰਧਰ ਔਰ ਜਲੰਧਰ ਵੈਸਟ 'ਚ ਵੀ ਦਿਖ ਰਿਹਾ ਹੈ, ਉੱਥੇ ਜਨਾਨੀਆਂ ਜਿਹੜੀਆਂ, ਲੇਡੀਜ਼ ਜਿਹੜੀਆਂ, ਖਾਸ ਮਾਵਾਂ ਸ਼ੋਰ ਪਾਉਂਦੀਆਂ ਨੇ ਇਸ ਗੱਲ 'ਤੇ। ਇੱਕ ਕੁਝ ਦਿਨ ਪਹਿਲਾਂ ਵੀ ਨਾ ਬਾਬਾ ਬੁੱਢਾ ਮੱਲ ਕੋਈ ਪਾਰਕ ਹੈ ਜਲੰਧਰ 'ਚ, ਜੈਇੰਦਰ ਕੌਰ ਨੇ ਇੱਕ ਰਿਪੋਰਟ ਪੇਸ਼ ਕੀਤੀ ਸੀ DSP ਨੂੰ, ਉਸ ਇਲਾਕੇ ਦੇ ਨੂੰ, ਵੀ ਇਸ ਜਗ੍ਹਾ ਦੇ ਉੱਪਰ ਜਿੱਥੇ ਪਾਰਕ ਦੇ ਵਿੱਚ ਬੱਚੇ ਖੇਡਦੇ ਉੱਥੇ ਨਸ਼ਾ ਧੜਾਧੜ ਵਿਕ ਵੀ ਰਿਹਾ ਔਰ ਲੋਕ ਉੱਥੇ ਕਰਦੇ ਵੀ ਹੈ, ਈਵਨ ਕਿ ਉੱਥੇ ਅਜੇ ਅਨਯੂਜ਼ ਜਿਹੜਾ ਮਟੀਰੀਅਲ ਵੀ ਨਸ਼ੇ ਦਾ ਪਿਆ, ਇਹ ਚੀਜ਼ਾਂ ਖਾਸ ਰਿਪੋਰਟ 'ਚ ਦਿੱਤੀਆਂ। ਸੋ ਤੁਹਾਨੂੰ ਕੀ ਲੱਗਦਾ ਵੀ ਜੇ ਇਸ ਤਰੀਕੇ ਨਾਲ ਸ਼ਰੇਆਮ ਪਾਰਕਾਂ ਦੇ ਵਿੱਚ ਨਸ਼ਾ ਪਿਆ ਜਿੱਥੇ ਆਮ ਬੱਚੇ ਖੇਡਦੇ ਆ, ਸੋ ਉਹਨਾਂ ਦੀ ਸਿਹਤ ਦੇ ਉੱਤੇ ਕਿੰਨਾ ਕੁ ਪ੍ਰਭਾਵ ਪੈਣਾ? ਦੂਸਰੇ ਪਾਸੇ ਇੱਕ ਹੋਰ ਗੱਲ ਜੋੜੂੰਗਾ, ਵੀ ਪਿਛਲੇ ਦਿਨ ਮੁੱਖ ਮੰਤਰੀ ਤੱਕ ਬਿਆਨ ਆਉਂਦਾ ਵੀ ਜਿਹੜਾ ਨਸ਼ਾ ਵੇਚਦੇ ਸੀ ਜਾਂ ਇਨਵੋਲਵ ਸੀਗੇ 10,000 ਪੁਲਿਸ ਕਰਮਚਾਰੀ ਬਦਲਤੇ, DGP ਦਾ ਵੀ ਉਸ ਤੋਂ ਬਾਅਦ ਬਿਆਨ ਆਉਂਦਾ ਹੈ ਵੀ ਉਹ ਅਸੀਂ ਰੂਟੀਨ ਜਿਹੜੀ ਟ੍ਰਾਂਸਫਰ ਸੀਗੀ। ਸੋ ਇਹ ਤਿੰਨਾਂ ਚੀਜ਼ਾਂ ਨੂੰ ਆਪਸ 'ਚ ਜੋੜੀਏ ਤਾਂ ਪੰਜਾਬ ਸਰਕਾਰ ਕਿੱਥੇ ਐਕਸਟੈਂਡ ਕਰਦੀ ਹੈ? ਪਹਿਲੀ ਗੱਲ ਤਾਂ ਇਹ ਕਿ ਨਸ਼ਾ ਵਿਕ ਰਿਹਾ, ਸ਼ਰੇਆਮ ਵਿਕ ਰਿਹਾ, ਜਗ੍ਹਾ ਜਗ੍ਹਾ ਸਰਿੰਜਾ ਨਸ਼ੇ ਦੇ ਹੱਥੇ ਦਿਖਦੇ ਨੇ। ਹੁਣ ਜਲੰਧਰ ਸ਼ਹਿਰ ਦੇ ਅੰਦਰ ਦੇਖੇ, ਜੈਇੰਦਰ ਕੌਰ ਸਾਡੇ ਮਹਿਲਾ ਮੋਰਚਾ ਦੇ ਪੰਜਾਬ ਦੇ ਪ੍ਰਧਾਨ ਨੇ, ਉਹ ਲੈ ਕੇ ਵੀ ਗਏ। ਔਰ ਦੂਸਰੀ ਗੱਲ ਜਿਹੜੀ ਹੈਗੀ ਹੈ, ਜਿੱਥੇ ਤੱਕ ਲਾਅ ਇਨਫੋਰਸਿੰਗ ਦੀ ਗੱਲ ਹੈਗੀ ਹੈ ਜਾਂ ਜਿਵੇਂ ਰੋਕਣ ਦੀ ਗੱਲ ਹੈਗੀ ਹੈ,
ਅਗਰ ਡੀ ਜੀ ਪੀ ਗੌਰਵ ਯਾਦਵ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਅਸੀਂ ਰੂਟੀਨ ਦੀ ਟ੍ਰਾਂਸਫਰ ਕੀਤੀ ਹੈ, ਤਾਂ ਉਹਨਾਂ ਦੀ ਗੱਲ ਜ਼ਿਆਦਾ ਔਥੈਂਟਿਕ ਹੈ। ਕਾਰਨ ਕੀ ਹੈ? ਮਾਨ ਸਾਹਿਬ ਨੂੰ ਨਿਊਜ਼ ਹੈਡਲਾਈਨਸ ਫੜ ਕੇ ਜਿਹੜਾ ਹੈਗਾ ਗੱਲ ਲੋਕਾਂ ਦੇ ਦਿਮਾਗ ਤੋਂ ਪਹੁੰਚਾਉਣ ਦੀ ਆਦਤ ਹੈ, ਜ਼ਮੀਨ 'ਤੇ ਕੁਛ ਨਹੀਂ ਕਰਨ ਦੀ ਆਦਤ ਹੈ। ਜੇ ਮਾਨ ਸਾਹਿਬ ਨੂੰ ਪਤਾ ਹੈ ਵੀ 10,000 ਪੁਲਿਸ ਕਰਮੀ ਇਨਵੋਲਵ ਹੈ, ਜੇ ਪਤਾ ਹੈ, ਉਹ ਕਹਿੰਦੇ ਇਨਵੋਲਵ ਹੈ, ਤਾਂ ਉਹਨੂੰ ਤਾਂ ਐਕਸ਼ਨ ਲੈਣਾ ਚਾਹੀਦਾ। ਪ੍ਰੈਸ ਕਾਨਫਰੰਸ ਥੋੜ੍ਹੀ ਹੁੰਦੀ ਹੈ, ਔਰ ਪ੍ਰੈਸ ਕਾਨਫਰੰਸ ਤੋਂ ਪਹਿਲੇ ਐਕਸ਼ਨ ਲੈ ਕੇ ਆਉਂਦੇ, ਠੀਕ ਹੈ, ਕਿਸੇ ਨੂੰ ਸਸਪੈਂਡ ਕਰਦੇ, ਕਿਸੇ ਨੂੰ ਹੋਰ ਤਰ੍ਹਾਂ ਦੀ ਸਜ਼ਾ ਲਗਾਉਂਦੇ, ਉੱਥੇ ਜਾ ਕੇ ਤੁਸੀਂ ਇੱਕ ਹੈਡਲਾਈਨਸ ਗ੍ਰੈਬ ਕਰ ਲਈਆਂ ਬੋਲ ਕੇ। ਤਾਂ ਗੌਰਵ ਯਾਦਵ ਜੀ ਨੇ ਠੀਕ ਕਿਹਾ, 10,000 ਪੁਲਿਸ ਵਾਲੇ ਇਸ 'ਚ ਇਨਵੋਲਵ ਨਹੀਂ ਹੈ, ਉਹ ਤਾਂ ਇੱਕ ਰੂਟੀਨ ਟ੍ਰਾਂਸਫਰ ਹੈ, ਲੇਕਿਨ ਸੈਂਸੇਸ਼ਨ ਖੜੀ ਕਰਨੀ ਸੀ, ਸਨਸਨੀ ਖੜੀ ਕਰਨੀ ਸੀ, ਲੋਕ ਪੜ੍ਹਨ, ਕਹਿਣ ਵੀ ਹਾਂ ਵੀ ਮਾਨ ਨੇ ਠੀਕ ਪੁਲਿਸ ਨਾਲ ਪੰਗਾ ਲਿਆ, ਠੀਕ ਟ੍ਰਾਂਸਫਰ ਕਰ ਰਿਹਾ। ਉਸ ਕਰਕੇ ਕਰਤਾ ਮਾਨ ਸਾਹਿਬ ਨੇ ਗਲਤ ਬੋਲਿਆ, ਗਲਤ ਬਿਆਨ ਕੀਤਾ, ਝੂਠ ਬੋਲਿਆ। ਪੁਲਿਸ ਇਨਵੋਲਵ ਹੈ, ਪੁਲਿਸ ਲੋਕ ਇਨਵੋਲਵ ਹੈ, ਪਰ 10,000 ਲੋਕ ਇਨਵੋਲਵ ਨੇ ਵਨ ਗੋ 'ਚ ਮਾਨ ਸਾਹਿਬ ਨੂੰ ਪਤਾ ਲੱਗਿਆ, ਇਹ ਥੋੜ੍ਹਾ ਹਾਸੇਪਦ ਹੈ। ਮੇਰਾ ਆਖਰੀ ਸਵਾਲ ਹੈ ਵੀ ਜਿਸ ਤਰੀਕੇ ਨਾਲ ਤੁਹਾਡੇ ਨੇਤਾ ਜੀ ਜਲੰਧਰ ਤੋਂ ਕਹਿ ਰਹੇ ਵੀ ਸਾਡੇ ਵਰਕਰਾਂ ਨੂੰ ਧਮਕਾਇਆ ਜਾ ਰਿਹਾ, ਜੇਕਰ ਅਸੀਂ ਪ੍ਰਚਾਰ ਕਰਦੇ ਹਾਂ ਤਾਂ ਸਾਡੇ ਘਰ ਜਾ ਕੇ ਕਹਿੰਦੇ ਵੀ ਤੁਹਾਡੇ ਬੱਚਿਆਂ ਦੀ ਡਿਊਟੀ ਟ੍ਰਾਂਸਫਰ ਕਰ ਦਾਂਗੇ ਜਿਹੜੇ ਸਰਕਾਰੀ ਮੁਲਾਜ਼ਮ ਹੈ, ਔਰ ਜਿਹੜੇ ਫਲੈਕਸ ਲਗਾਉਂਦੇ ਨੇ ਉਹਨਾਂ ਨੂੰ ਨੋਟਿਸ ਭੇਜ ਦਿੱਤਾ ਜਾਂਦਾ। ਸੋ ਤੁਸੀਂ ਸਟੇਟ ਮੀਡੀਆ ਹੈੱਡ ਹੋ ਜਾਂ ਕਿਸੇ ਤਰ੍ਹਾਂ ਨਾਲ ਤਾਲੁਕਾਤ ਕਰਕੇ ਕੋਈ ਨੋਟਿਸ ਲਿਆ ਹੈ, ਕੋਈ ਕੰਪਲੇਂਟ ਜਾਰੀ ਕੀਤੀ ਹੈ ਇਲੈਕਸ਼ਨ ਕਮਿਸ਼ਨ ਨਾਲ? ਦੇਖੋ, ਅਸੀਂ ਤਾਂ ਇਲੈਕਸ਼ਨ ਕਮਿਸ਼ਨ ਕੋਲ ਜਿੰਨੀ ਬੈਸਟ ਕੰਪਲੇਂਟਸ ਹੈ ਫਾਰਵਰਡ ਕਰਦੇ ਹਾਂ, ਲੇਕਿਨ ਸਰਕਾਰੀ ਤੰਤਰ ਦਾ ਦੁਰਉਪਯੋਗ ਇਹਨੂੰ ਹੀ ਕਹਿੰਦੇ ਆ, ਔਰ ਬਾਏ ਇਲੈਕਸ਼ਨ 'ਚ ਇਲੈਕਸ਼ਨ ਕਮਿਸ਼ਨ ਸਿਸਟਮ ਇੰਨਾ ਸਟਰੋਂਗ ਨਹੀਂ ਹੁੰਦਾ, ਔਰ ਇੱਥੇ ਦੁਰਵਰਤੋਂ ਜ਼ਿਆਦਾ ਹੁੰਦੀ ਹੈ। ਸੋ ਆਮ ਆਦਮੀ ਪਾਰਟੀ ਸਾਡੇ ਵਰਕਰਾਂ ਨੂੰ ਧਮਕਾ ਰਹੀ ਹੈ, ਆਮ ਆਦਮੀ ਪਾਰਟੀ ਉਹਨਾਂ ਘਰਾਂ 'ਚ ਆਈਡੈਂਟੀਫਾਈ ਕਰੀ ਜੇ ਸਰਕਾਰੀ ਨੌਕਰੀ 'ਚ ਕੋਈ ਬੰਦਾ ਹੈ, ਜੇ ਬੀਜੇਪੀ ਕਾਂਗਰਸ ਨਾਲ ਚੱਲ ਰਿਹਾ ਉਹਨੂੰ ਧਮਕਾ ਰਹੀ ਹੈ। ਆਮ ਆਦਮੀ ਪਾਰਟੀ ਜਿਹੜੇ ਸਾਡੇ ਵਪਾਰੀ ਹੈ, ਰਾਸ਼ਨ ਦਾ ਕੰਮ ਕਰਦੇ, ਖਾਣ ਪੀਣ ਨੂੰ ਸੈਂਪਲ ਲੈ ਰਹੀ ਹੈ। ਆਮ ਆਦਮੀ ਪਾਰਟੀ ਜਿਹੜੀ ਹੈ, ਜਿਹੜੇ ਲੋਕ ਸਾਨੂੰ ਛੱਡ ਕੇ ਜਾ ਰਹੇ ਨੇ ਉਹਨਾਂ ਨੂੰ ਅਲੱਗ ਅਲੱਗ ਤਰ੍ਹਾਂ ਦਾ ਲਾਲਚ ਦੇ ਕੇ ਆਪਣੇ ਨਾਲ ਜੋੜਨ ਦਾ ਇਨਸ਼ੋਰ ਕਰ ਰਹੀ ਹੈ। ਸੋ ਆਮ ਆਦਮੀ ਪਾਰਟੀ ਹਰ ਹੱਥਕੰਡਾ ਦਬਾ ਰਹੀ ਹੈ। ਕੋਈ ਗੱਲ ਨਹੀਂ ਮਾਨ ਸਾਹਿਬ, ਤੁਸੀਂ ਹਰ ਹੱਥਕੰਡਾ ਦਬਾ ਕਰ ਲਓ, ਲੇਕਿਨ ਸ਼ੀਤਲ ਅੰਗਰਾਲ ਜੀ ਨੇ ਜੋ ਗੱਲ ਕਹੀ ਸੀ ਕਿ ਮੇਰੇ ਕੋਲ ਆਡੀਓ ਹੈਗੀ ਖੂਬ ਸਾਰੀਆਂ, ਉਹਨਾਂ ਆਡੀਓ ਦੇ ਅੰਦਰ ਕਰਪਸ਼ਨ ਪ੍ਰੂਵ ਹੁੰਦੀ ਹੈ ਪੰਜਾਬ ਦੇ MLAs ਦੀ, ਪੰਜਾਬ ਦੇ ਮਿਨਿਸਟਰ ਦੀ, ਔਰ ਆਪ ਮੁੱਖ ਮੰਤਰੀ ਸਾਹਿਬ ਦੇ ਪਰਿਵਾਰ ਦੀ। ਅਗਰ ਇਹ ਗੱਲ ਝੂਠ ਵੀ ਹੈ ਤਾਂ ਇਹਦੀ ਝੂਠ ਤਦ ਹੋਏਗੀ, ਤੱਥਾਂ ਦੀ ਖੋ ਹੋਏਗੀ। ਔਰ ਸ਼ੀਤਲ ਅੰਗਰਾਲ ਬਾਰ ਬਾਰ ਕਹਿ ਰਿਹਾ ਕਿ ਮੈਂ ਆਡੀਓ ਜਨਤਕ ਨਹੀਂ ਕਰਨੀ, ਮੈਂ ਤੁਹਾਨੂੰ ਦੇਣਾ ਚਾਹੁੰਦਾ ਤਾਂ ਕਿ ਤੁਸੀਂ ਕੋਰਟ ਮੋਨੀਟਰ ਇਨਕੁਆਇਰੀ ਕਰਾ ਲਓ। ਹੁਣ ਮਾਨ ਸਾਹਿਬ ਦੀ ਕੀ ਮਜਬੂਰੀ ਹੈ ਕਿ ਉਹਨੂੰ ਚੈਲੰਜ ਕਰਦੇ ਵੀ ਤੂੰ ਰਿਲੀਜ਼ ਕਰਦੇ? ਹਾਲਾਂਕਿ ਉਹਨੇ ਬਹੁਤ ਸੰਯਮ ਦਿਖਾਇਆ ਹੈ, ਉਹਨੇ ਰਿਲੀਜ਼ ਨਹੀਂ ਕੀਤੀ, ਉਹਦੇ ਬੇਟੀ ਨੂੰ ਮਾਰਨ ਧਮਕੀਆਂ ਮਿਲ ਰਹੀਆਂ ਉਸ ਆਡੀਓ ਕਰਕੇ, ਤਾਂ ਵੀ ਉਹਨੇ ਰਿਲੀਜ਼ ਨਹੀਂ ਕੀਤੀ। ਠੀਕ ਹੈ, ਮੇਰੀ ਮਾਨ ਸਾਹਿਬ ਨੂੰ ਬੇਨਤੀ ਹੈ ਕਿ ਥੋੜ੍ਹਾ ਜਿਹਾ ਵੱਡਾ ਦਿਲ ਦਿਖਾਓ, SIT ਬਣਾਓ, ਕੋਰਟ ਮੋਨੀਟਰਡ ਬਣਾਓ, ਔਰ ਉਹ ਆਡੀਓ ਸਾਰੀ ਆਪਣੇ ਕੋਲ ਲੈ ਲਓ, ਤਾਂ ਕਿ ਪੋਲੀਟੀਕਲ ਕਲਾਸ ਦਾ ਜਿਹੜਾ ਮਾਨ ਸਨਮਾਨ ਉਹ ਬਚਿਆ ਰਹੇ। ਕਿਉਂਕਿ ਕੱਲ੍ਹ ਨੂੰ ਜੇ ਕਿਸੇ MLA, ਕਿਸੇ MP, ਕਿਸੇ ਮਿਨਿਸਟਰ ਤੋਂ ਮੁੱਖ ਮੰਤਰੀ ਪਰਿਵਾਰ ਜੇ ਇਨਵੋਲਵ ਹੋ ਗਿਆ, ਤਾਂ ਕੱਲ੍ਹ ਨੂੰ ਇਹੀ ਲੋਕਾਂ ਦਾ ਪੋਲੀਟੀਕਲ ਕਲਾਸ ਤੋਂ ਹੀ ਉੱਠ ਜਾਣਾ ਹੈ। ਅਤੇ ਮੇਰੀ ਬੇਨਤੀ ਹੈ ਉਹ ਆਡੀਓ ਆਪਣੇ ਲੈ ਲਓ, ਤਾਂ ਕਿ ਇਨਕੁਆਇਰੀਆਂ ਪ੍ਰੋਪਰ ਹੋ ਕੇ ਦੁੱਧ ਦਾ ਦੁੱਧ ਔਰ ਪਾਣੀ ਦਾ ਪਾਣੀ ਹੋ ਜਾਵੇ। ਬਿਲਕੁਲ, ਧੰਨਵਾਦ। ਤਾਂ ਸਿੱਧੇ ਤੌਰ ਦੇ ਉੱਪਰ ਗੱਲ ਕਰੀਏ, ਤਮਾਮ ਮੁੱਦੇ ਸੀ ਜਲੰਧਰ ਨੂੰ ਲੈ ਕੇ ਔਰ ਪੰਜਾਬ ਨੂੰ ਲੈ ਕੇ, ਜਿਸ 'ਤੇ ਸਟੇਟ ਮੀਡੀਆ ਹੈੱਡ ਵਿਨੀਤ ਜੋਸ਼ੀ ਦੇ ਨਾਲ ਖਾਸ ਗੱਲਬਾਤ ਕੀਤੀ ਹੈ, ਔਰ ਮੁੱਦਿਆਂ ਦੇ ਉੱਪਰ ਵੀ ਚਾਨਣਾ ਪਿਆ। ਹਾਲਾਂਕਿ ਬੀਤੇ ਦਿਨੀ ਜਦੋਂ ਇਹ ਚੈਲੰਜ ਜਿਹੜਾ ਕਬੂਲ ਕੀਤਾ ਸੀ ਸ਼ੀਤਲ ਅੰਗਰਾਲ ਵੱਲੋਂ, ਬਾਅਦ ਦੇ ਵਿੱਚ ਜੋ ਵਰਤਾਰਾ ਹੋਇਆ, ਮੁੱਖ ਮੰਤਰੀ ਨਹੀਂ ਪਹੁੰਚੇ, ਲੇਕਿਨ ਅਜੇ ਤੱਕ ਜਿਹੜੀ ਆਡੀਓ ਹੈ, ਜਿਹੜੇ ਸਬੂਤ ਹੈ, ਉਹ ਵੀ ਜਨਤਕ ਨਹੀਂ ਕੀਤੇ ਗਏ, ਤਾਂ ਆਉਣ ਵਾਲੇ ਸਮੇਂ 'ਚ ਕੀ ਵਰਤਾਰਾ ਨਿਕਲ ਕੇ ਆਉਂਦਾ ਹੈ ਇਹ ਦੇਖਣਾ ਹੋਵੇਗਾ। ਕੈਮਰਾ ਪਰਸਨ ਗਣੇਸ਼ ਦੇ ਨਾਲ ਮਨਜੋਤ ਸਿੰਘ ਕੰਗ, ਦੈਨਿਕ ਸਵੇਰਾ TV ਜਲੰਧਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਣੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ TV YouTube, Facebook, Instagram,
एक्स और व्हाट्सएप चैनल पर।